ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪੂਰੇ ਮੁਲਕ ਵਿੱਚ ਵਿਰੋਧ ਦੀ ਸੁਰ ਲਗਾਤਾਰ ਲਾਮਬੰਦ ਹੋ ਰਹੀ ਹੈ ਤਾਂ ਸਿੱਖ ਭਾਈਚਾਰੇ ਵੱਲੋਂ ਵੀ ਲਗਾਤਾਰ ਮੁਸਲਿਮ ਸਮਾਜ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਇਸ ਨੂੰ ਕਾਲਾ ਕਾਨੂੰਨ ਦੱਸ ਕੇਂਦਰ ਦੀਆਂ ਫਾਸ਼ੀਵਾਦੀ ਅਤੇ ਵੰਡ ਪਾਓ ਨੀਤੀਆਂ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸਿੱਖ ਭਾਈਚਾਰੇ ਵੱਲੋਂ ਮੁਸਲਿਮ ਭਾਈਚਾਰੇ ਨਾਲ ਪ੍ਰਗਟਾਈ ਜਾ ਰਹੀ ਹਮਦਰਦੀ ਅਤੇ ਹੱਕ ਸੱਚ ਦੀ ਲੜਾਈ ਵਿੱਚ ਖੋਲ੍ਹੇ ਜਾ ਰਹੇ ਮੋਰਚੇ ਸੱਜੇ ਪੱਖੀ ਹਿੰਦੂਤਵਵਾਦੀ ਜਥੇਬੰਦੀਆਂ ਨੂੰ ਰਾਸ ਨਹੀਂ ਆ ਰਹੇ। ਖਾਸਕਰ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਜਿੱਥੇ ਆਪਣੇ ਪੱਧਰ ਤੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਲਹਿਰ ਖੜੀ ਕੀਤੀ ਜਾ ਰਹੀ ਹੈ, ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਧਰਮ ਨੂੰ ਆਧਾਰ ਬਣਾ ਲੋਕਾਂ ਨੂੰ ਇਸ ਕਾਨੂੰਨ ਦੇ ਫਾਇਦੇ ਸਮਝਾਉਂਦਿਆਂ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਹੁਣ RSS ਵੱਲੋਂ ਸਿੱਖ ਧਰਮ ਉੱਪਰ ਵੀ ਡੋਰੇ ਪਾਉਣੇ ਸ਼ੁਰੂ ਕੀਤੇ ਗਏ ਹਨ ਅਤੇ ਸਿੱਖ ਕੌਮ ਨੂੰ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਦੀ ਅਪੀਲ ਕੀਤੀ ਜਾ ਰਹੀ ਹੈ। RSS ਦੇ ਕੌਮੀ ਪੱਧਰ ਦੇ ਆਗੂ ਇੰਦਰੇਸ਼ ਕੁਮਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਸਿੱਖ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ, ਸੋ ਸਿੱਖ ਭਾਈਚਾਰਾ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਵਿੱਚ ਅੱਗੇ ਆਵੇ। ਖਾਲਿਸਤਾਨੀ ਵਿਚਾਰਧਾਰਾ ਦੀ ਥਾਂ ਉਹ ਨਾਗਰਿਕਤਾ ਸੋਧ ਕਾਨੂੰਨ ਦੀ ਵਜਾਹਤ ਕਰਨ। ਪਾਕਿਸਤਾਨ ਵਿੱਚ ਸਿੱਖ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ। ਇੰਦਰੇਸ਼ ਕੁਮਾਰ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸਿਆਸੀ ਸ਼ਹਿ ਹਾਸਲ ਉਭਾਰੇ ਜਾ ਰਹੇ ਵਿਰੋਧ ਦੀ ਹਮਾਇਤ ਦੀ ਥਾਂ ਭਾਰਤ ਵਿੱਚ ਵਸਦਾ ਸਿੱਖ ਭਾਈਚਾਰਾ ਪਾਕਿਸਤਾਨ ਅਫਗਾਨਿਸਤਾਨ ਵਿੱਚ ਵਸਦੇ ਆਪਣੇ ਸਿੱਖ ਭਰਾਵਾਂ ਦੀ ਮਦਦ ਲਈ ਸਾਹਮਣੇ ਆਵੇ। ਸਿੱਖੋ ਪਰ ਜ਼ੁਲਮ ਹੈ, ਦੇਸ਼ ਮੇ ਇਤਨੀ ਬੜੀ ਸਿੱਖੀ ਹੈ ਕਿ 20 ਗੁਰਦੁਆਰੋਂ ਨੇ ਇਹ ਕਹਾ ਕਿ ਹਮਾਰੇ ਸਿੱਖੋਂ ਪਰ ਅਤਿਆਚਾਰ ਕੇ ਲਈ ਹਮਾਰਾ ਦਰਵਾਜ਼ਾ ਖੁੱਲ੍ਹਾ ਹੈ, ਸਰਕਾਰ ਖੋਲੇ ਨਹੀਂ ਖੋਲੇ, ਹਮਾਰਾ ਖੁੱਲ੍ਹਾ ਹੈ, ਤੋ ਕਿਆ ਆਪ ਸਿੱਖੋਂ ਪਰ ਜ਼ੁਲਮ ਹੋਨੇ ਦੇਨੇ ਕੇ ਲਈ ਗੁਰਦੁਆਰੇ ਜਾਏਂਗੇ? 40 ਸੇ ਅਧਿਕ ਬੌਧ ਦੇਸ਼ ਹੈ, ਇੱਕ ਬੌਧ ਦੇਸ਼ ਨੇ ਨਹੀਂ ਕਹਾ, ਔਰ ਸਭ ਭਾਰਤ ਕੋ ਨਸੀਹਤ ਦੇ ਰਹੇ ਹੈ ਕਿ ਤੁਮ ਦੋ, ਤੋ ਵੀ ਭਾਰਤ ਨੇ ਕਹਿ ਦਿਆ ਹਮ ਮੁਸਲਿਮ ਮਾਇਨੋਰਿਟੀ ਪਰ ਵੀ ਜ਼ੁਲਮ ਹੈ, ਅਗਰ ਦੇਤੇ ਹੈ, ਉਨ੍ਹੋਂਨੇ ਆਂਕੜਾ ਵੀ ਦੇ ਦਿਆ, 600 ਸੇ ਅਧਿਕ ਪਰਿਵਾਰੋਂ ਕੋ ਹਮਨੇ ਦੇ ਦੀ ਹੈ, ਔਰ ਉਨ ਦਿਨੋਂ ਮੇਂ ਵੀ ਬਹਿਸ ਚਲਤੇ ਵੀ ਉਨ੍ਹੋਂਨੇ ਕੁਛ ਪਰਿਵਾਰੋਂ ਕੋ ਦੀ, ਫਿਰ ਵੀ ਇਹ ਸ਼ੋਰ ਕਿਉਂ? ਮੁਲਕ ਦੀ ਆਜ਼ਾਦੀ ਵਿੱਚ ਇਸ ਨਿੱਕਰਧਾਰੀ ਬ੍ਰਿਗੇਡ ਦੀ ਕੀ ਭੂਮਿਕਾ ਰਹੀ ਹੈ ਇਹ ਦੱਸਣ ਦੀ ਲੋੜ ਨਹੀਂ। ਇਤਿਹਾਸਿਕ ਦਸਤਾਵੇਜ਼ ਗਵਾਹ ਹਨ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਸੰਘ ਦਾ ਲਾਣਾ ਕਿਵੇਂ ਭੁਗਤਿਆ, ਤਾਂ ਇਸ ਬਾਰੇ ਆਪਣੇ ਗਿਆਨ ਦੇ ਬਖਾਣ ਦੌਰਾਨ ਸੰਘ ਆਗੂ ਦਾ ਕਹਿਣਾ ਕਿ ਅਸੀਂ ਹਾਲੇ ਹਨੇਰੇ ਵਿੱਚ ਹੀ ਹਾਂ ਕਿ ਸਾਨੂੰ 1947 ਵਿੱਚ ਆਜ਼ਾਦੀ ਮਿਲ ਗਈ, ਅਸਲ ਵਿੱਚ ਸਾਨੂੰ ਆਪਣੇ ਸਿਆਸੀ ਮੁਫਾਦ ਲਈ ਵੰਡਿਆ ਗਿਆ ਸੀ ਕਿਉਂਕਿ ਜਵਾਹਰ ਲਾਲ ਨਹਿਰੂ ਅਤੇ ਮੁਹੰਮਦ ਅਲੀ ਜਿੰਨਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ, ਸੋ ਉਹਨਾਂ ਨੇ ਮੁਲਕ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡਿਆ। ਇਤਿਹਾਸ ਗਵਾਹ ਹੈ ਕਿ RSS ਸਮੇਤ ਫਿਰਕੂ ਜਥੇਬੰਦੀਆਂ ਨੇ ਮੁਲਕ ਖਾਸਕਰ ਪੰਜਾਬ ਨੂੰ ਫਿਰਕੂ ਲੀਹਾਂ ਉੱਪਰ ਪਾਉਣ ਲਈ ਕੀ ਹੱਥਕੰਡੇ ਵਰਤੇ। ਆਜ਼ਾਦੀ ਤੋਂ ਬਾਅਦ ਮਹਾਂ ਪੰਜਾਬ ਨੂੰ 1966 ਵਿੱਚ ਵੰਡਣ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਤੋਂ ਦੂਰ ਕਰਨ ਸਮੇਤ ਸਿੱਖਾਂ ਦੇ ਵਿਰੋਧ ਵਿੱਚ ਉਹ ਕਿਸ ਤਰ੍ਹਾਂ ਭੁਗਤੇ, ਕਿਵੇਂ ਉਹਨਾਂ ਨੇ ਸੂਬੇ ਵਿੱਚ ਫਿਰਕੂ ਕਰਨ ਦੇ ਬੀਜ ਬੀਜੇ, ਗੁਰੂਆਂ ਪੀਰਾਂ ਦੀ ਧਰਤੀ ਦੀ ਫਿਜ਼ਾ ਵਿੱਚ ਫਿਰਕੂ ਜ਼ਹਿਰ ਕਿਵੇਂ ਘੋਲਿਆ ਗਿਆ। ਨਾ ਸਿਰਫ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਵੰਡ ਦੇ ਆਧਾਰ ਤਿਆਰ ਕੀਤਾ, ਬਲਕਿ 1984 ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ 84 ਸਿੱਖ ਕਤਲੇਆਮ ਵਿੱਚ ਇਹਨਾਂ ਭਗਵਾਤਾਰੀ ਧਿਰਾਂ ਦੀ ਕੀ ਭੂਮਿਕਾ ਰਹੀ ਹੈ ਇਹ ਦੱਸਣ ਦੀ ਲੋੜ ਨਹੀਂ। ਇਹਨਾਂ ਦੇ ਆਗੂ ਇਸ ਬਾਰੇ ਖੁਦ ਬੋਲ ਕੇ ਕਬੂਲ ਚੁੱਕੇ ਹਨ। ਸਿੱਖਾਂ ਨੂੰ ਵੱਖਰਾ ਧਰਮ ਮੰਨਣ ਤੋਂ ਵੀ ਨਾਬਰ ਰਹੀਆਂ ਇਹ ਤਾਕਤਾਂ ਹਮੇਸ਼ਾ ਹੀ ਇਸ ਨੂੰ ਆਪਣੇ ਅੰਦਰ ਜਜ਼ਬ ਕਰ ਲੈਣ ਲਈ ਉਤਾਰੂ ਹਨ ਅਤੇ ਹਰ ਹੱਥਕੰਡਾ ਵਰਤ ਰਹੀਆਂ ਹਨ। ਸਿੱਖਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਦੀ ਅਪੀਲ ਕਰ ਰਹੀ ਇਹ ਸੋਚ ਉਸੇ ਦੀ ਹੀ ਲਗਾਤਾਰਤਾ ਹੈ। ਗਲੋਬਲ ਐਡਵਾਈਸ ਓਵਰਸੀਜ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।